ਤੇ ਜੇ ਤੁਹਾਡਾ ਆਪਣਾ ਫਿਜ਼ੀਕਲ ਰਿਫਾਰਮ ਦੇ ਚਾਰ ਨੈਗੇਟਿਵ ਨੇ ਤੇ ਲੋਕਾਂ ਲਈ ਤੁਸੀਂ ਕੀ ਕਰੋਗੇ? ਤੁਸੀਂ ਨੇ ਰਿਪੋਰਟ ਵਿੱਚ ਇਹ ਵੀ ਜ਼ਿਕਰ ਕੀਤਾ ਵੀ ਜਿਹੜਾ ਖਰਚਾ ਇੰਪਲੋਈਜ਼ ਦੇ ਉੱਤੇ ਸਰਕਾਰਾਂ ਦੇ ਉੱਤੇ ਹੋਇਆ, ਕਰਮਚਾਰੀਆਂ ਦੇ ਉੱਤੇ ਹੋ ਰਿਹਾ, ਉਹ ਇੱਕ ਨੈਗੇਟਿਵ ਐਸੈਟ ਨਹੀਂ ਹੈਗਾ। ਤੁਸੀਂ ਮੋਬਲਾਈਜੇਸ਼ਨ ਰਿਸੋਰਸਿਸ ਤਾਂ ਕਰੋ, ਪਰ ਖਰਚਾ ਕਿੱਥੇ ਕਰੋ? ਸੋਸ਼ਲ ਸੈਕਟਰ, ਸੋਸ਼ਲ ਸਰਵਿਸਿਸ ਬਿਲਕੁਲ ਨਿਗਲੈਕਟ ਹੋ, ਐਜੂਕੇਸ਼ਨ, ਹੈਲਥ, ਹਾਊਸਿੰਗ, ਲੇਬਰ ਰਾਈਟਸ ਜਿਹੜੇ ਨੇ ਉਹਨਾਂ 'ਚ ਹੈ, ਕਿਸਾਨੀ, ਉਹਨਾਂ 'ਤੇ ਖਰਚੇ ਘਟੇ। ਜੇ ਭਾਵੇਂ ਤੁਸੀਂ ਪਾਣੀ ਦਾ ਕਨੈਕਸ਼ਨ ਲੈਣਾ, ਚਾਹੇ ਬਿਜਲੀ ਦਾ ਕਨੈਕਸ਼ਨ ਲੈਣਾ, ਚਾਹੇ ਤੁਸੀਂ ਰਾਸ਼ਨ ਕਾਰਡ ਬਣਾਉਣਾ, ਤੁਹਾਨੂੰ ਇੱਕ ਤੋਂ ਬਾਅਦ ਇੱਕ ਐਫੀਡੈਵਿਟ, ਔਰ ਉਸ ਤੋਂ ਬਾਅਦ ਉਹ ਕਮਿਸ਼ਨਰ ਦੇ ਕੋਲ ਜਾ ਕੇ ਅਟੈਸਟੇਸ਼ਨ, ਇੱਕ ਤੋਂ ਬਾਅਦ ਇੱਕ। ਅਸੀਂ ਤਾਂ ਆਪਣਾ ਕੰਮ ਕਰਦਾ, ਜਿਹੜੀਆਂ ਚੰਗੀਆਂ ਸੁਜੈਸ਼ਨ ਦੇਖਦੇ, ਇੰਪਲੀਮੈਂਟ ਨਹੀਂ ਹੁੰਦਾ ਤਾਂ ਲੋਕ ਆਪਣਾ ਪ੍ਰੈਸ਼ਰ ਬਣਾ ਕੇ ਇੰਪਲੀਮੈਂਟ ਕਰਾ ਲੈਣਗੇ, ਪਰ ਜਦੋਂ ਕਹੀ ਤਾਂ ਪੁਲਿਸ ਰਿਫਾਰਮ ਕਿਤੇ ਹੋਰ ਹੀ ਨਾ ਉਲਟੀ ਪੈ ਜਾਏਗਾ। ਜਿਸ ਦਿਨ ਪੁਲਿਸ ਵਾਲਾ ਆਪਣੇ ਘਰ ਦੀਆਂ ਪੁਲਿਸ ਦੇ ਕਰਮਚਾਰੀ ਔਰਤਾਂ ਨੂੰ ਪੁਲਿਸ ਸਟੇਸ਼ਨ ਜਾਣ ਦੇਣ ਬਿਨਾਂ ਡਰੇ, ਉਸ ਦਿਨ ਸਮਝ ਲਾਂਗੇ ਕਿ ਪੁਲਿਸ ਸਟੇਸ਼ਨ ਦਾ ਰਿਫਾਰਮ ਇਹ ਤੋਂ ਓਵਰਬਰਡਨਡ ਹੈਗੇ ਨੇ ਅਤੇ ਅੰਡਰ ਸਟਾਫਡ ਹੈਗੇ ਨੇ। ਇਜ਼ ਇਟ ਅ ਰਾਈਟ ਪਰਸੈਪਸ਼ਨ ਵੀ ਪੁਲਿਸ ਅੰਡਰ ਸਟਾਫਡ ਹੈ, ਹਾਲਾਂਕਿ ਦੋ ਵੀ ਸੇ ਕਿ ਪੰਜਾਬ ਇਜ਼ ਅ ਹੈਵਲੀ ਪੁਲਿਸ ਸਟੇਟ? ਰਾਜਨੀਤੀ ਅਤੇ ਪੁਲਿਸ ਇਹ ਇਸ ਵੇਲੇ ਜੇ ਹਿੰਦੁਸਤਾਨ 'ਚ ਨਹੀਂ, ਪੰਜਾਬ 'ਚ ਨਹੀਂ, ਸਾਰੀ ਦੁਨੀਆਂ 'ਚ ਲਾ ਤੋਂ ਉੱਪਰ ਉੱਠੇ। ਇਹਨਾਂ ਨੂੰ ਲਾ ਦੇ ਥੱਲੇ ਕਿੱਦਾਂ ਲਿਆਉਣਾ ਇੱਕ ਬੜਾ ਵੱਡਾ ਚੈਲੰਜ। ਪੈਰਾਮੀਟਰ ਇਹ ਹੁੰਦਾ ਉਸ ਸ਼ਿਕਾਇਤ ਦੇ ਦਰਜ ਹੋਣ ਜਾਂ ਨਾ ਦਰਜ ਹੋਣ ਦਾ, ਵੀ ਪ੍ਰੈਸ਼ਰ ਕਿੱਥੋਂ ਹੈਗਾ, MLA ਤੋਂ ਹੈਗਾ, ਮਿਨਿਸਟਰ ਤੋਂ ਹੈਗਾ, ਜਾਂ ਫਿਰ ਉਸ ਤੋਂ ਲਈ ਉਤਲੇ ਕੁਆਟਰਸ ਤੋਂ ਹੈਗਾ। ਵੱਡਾ ਸਵਾਲ ਹੈ ਵੀ ਜਿਹੜੀ ਪੋਲੀਟੀਕਲ ਵਿਲ ਚਾਹੀਦੀ ਹੈ, ਹਾਲਾਂਕਿ ਤੁਹਾਡੀ ਰਿਕਮੈਂਡੇਸ਼ਨ ਹੈ ਤੁਸੀਂ ਸਰਕਾਰ ਵੱਲੋਂ ਹੀ ਗਠਿਤ ਕਮਿਸ਼ਨ ਤੋਂ, ਲੇਕਿਨ ਤੁਹਾਡੀਆਂ ਜਿਹੜੀਆਂ ਰਿਕਮੈਂਡੇਸ਼ਨ ਹੈ, ਡੂ ਵਿਲ ਦੇ ਸੂਟ ਦ ਪੋਲੀਟੀਕਲ ਮਾਸਟਰਸ? ਦਿਲ ਤਾਂ ਕਹਿੰਦਾ ਕਿ ਕੁਛ ਨਾ ਕੁਛ ਹੋ ਜੂ, ਪਰ ਦਿਮਾਗ ਲੱਗਦਾ ਵੀ, ਦਿਮਾਗ ਕਹਿੰਦਾ ਵੀ ਸ਼ਾਇਦ ਨਹੀਂ। ਅਤੇ ਦਿਮਾਗ ਦਾ ਜਿਹੜਾ ਇੱਕ ਪੈਸੀਮਿਜ਼ਮ ਹੈ, ਉਹਨੂੰ ਅਸੀਂ ਇਸ ਵੇਲੇ ਸੋਚਿਆ ਵੀ ਪਿੱਛੇ ਰੱਖ ਕੇ ਦਿਲ ਦੇ ਨਾਲ ਹੀ ਕੰਮ ਕਰੀਏ, ਅਤੇ ਦਿਲ ਦੀ ਉਮੀਦ ਹੈ ਕਿ ਕੁਛ ਨਾ ਕੁਛ ਬਦਲਾਵ ਆਏਗਾ।